ਪੱਪਲ ਪ੍ਰੀਤ ਅੰਮ੍ਰਿਤਪਾਲ ਦਾ ਖਾਸ ਨਜ਼ਦੀਕੀ ਸਾਥੀ ਇਸ ਵੇਲੇ ਗ੍ਰਿਫਤਾਰ ਹੋ ਚੁੱਕਾ ਹੈ। ਤੁਹਾਨੂੰ ਦੱਸ ਦਈਏ ਕਿ ਪੱਪਲ ਪ੍ਰੀਤ ਨੂੰ ਕੱਲ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ। ਤੁਹਾਨੂੰ ਦੱਸ ਦਈਏ ਕਿ ਕੱਥੂ ਨੰਗਲ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਵੇਲੇ ਅਸਾਮ ਭੇਜ ਦਿੱਤਾ ਗਿਆ ਹੈ ਪੱਪਲ ਪ੍ਰੀਤ ਨੂੰ। ਤੁਹਾਨੂੰ ਦੱਸ ਦਈਏ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਹੈ। ਸਵੇਰੇ 4:30 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉਸ ਨੂੰ ਪੰਜਾਬ ਪੁਲਿਸ ਦੇ ਜਿਹੜੇ ਕਰਮੀ ਨੇ ਉਹਨਾਂ ਦੇ ਵੱਲੋਂ ਡਿਬਰੂਗੜ੍ਹ ਵਿੱਚ ਲਿਜਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਪੱਤਰਕਾਰਾਂ ਨੇ ਜਦੋਂ ਪੱਪਲ ਪ੍ਰੀਤ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਇਹੋ ਕਿਹਾ ਗਿਆ ਚੜ੍ਹਦੀ ਕਲਾ 'ਚ ਆ, ਮੈਂ ਚੜ੍ਹਦੀ ਕਲਾ 'ਚ ਆ, ਚੜ੍ਹਦੀ ਕਲਾ 'ਚ ਜਿਹੜੇ ਜੋ ਕੁਛ ਆਇਆ ਸਹੀ ਆ, ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ੍ਹ ਹੀ ਗ੍ਰਿਫਤਾਰੀ ਹੋਈ ਆ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਔਰ ਮੈਨੂੰ ਕੱਲ੍ਹ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦੇ ਕਿ ਪੱਪਲ ਪ੍ਰੀਤ ਜੋ ਕਈ ਸੀਸੀਟੀਵੀ ਫੁਟੇਜ ਦੇ ਵਿੱਚ ਸਾਹਮਣੇ ਆ ਰਿਹਾ ਸੀ, ਅੰਮ੍ਰਿਤਪਾਲ ਦੇ ਨਾਲ ਨਾਲ ਹੀ ਨਜ਼ਰ ਆ ਰਿਹਾ ਸੀ। ਕਈ ਤਸਵੀਰਾਂ ਸਾਹਮਣੇ ਆਈਆਂ, ਕਈ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਅੰਮ੍ਰਿਤਪਾਲ ਤੇ ਪੱਪਲ ਪ੍ਰੀਤ ਇਕੱਠੇ ਨਜ਼ਰ ਆਉਂਦੇ ਰਹੇ। ਤੁਹਾਨੂੰ ਦੱਸ ਦਈਏ ਕਿ ਜਦੋਂ 18 ਮਾਰਚ ਨੂੰ ਅੰਮ੍ਰਿਤਪਾਲ ਦੇ ਉੱਤੇ ਆਪਰੇਸ਼ਨ ਅੰਮ੍ਰਿਤਪਾਲ ਚਲਾਇਆ ਜਾਂਦਾ ਹੈ, ਉਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਨੰਗਲ ਅੰਬੀਆ ਪਿੰਡ ਦੀ, ਗੁਰਦੁਆਰੇ ਦੇ ਬਾਹਰ ਅੰਮ੍ਰਿਤਪਾਲ ਦੇ ਨਾਲ ਨਜ਼ਰ ਆਉਂਦਾ ਬਾਈਕ ਦੇ ਉੱਤੇ ਬੈਠਾ ਪੱਪਲ ਪ੍ਰੀਤ। ਪੱਪਲ ਪ੍ਰੀਤ ਬਾਈਕ ਚਲਾ ਰਿਹਾ ਹੁੰਦਾ ਹੈ ਔਰ ਅੰਮ੍ਰਿਤਪਾਲ ਪਿੱਛੇ ਬੈਠਾ ਹੁੰਦਾ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਵੀ ਕਈ ਸਾਰੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਨੇ ਉਹ ਸਾਹਮਣੇ ਆਉਂਦੀਆਂ ਰਹੀਆਂ ਵਾਰ ਵਾਰ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕੁਰੂਕਸ਼ੇਤਰ ਬੱਸ ਅੱਡੇ ਤੇ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਦੋਵਾਂ ਦੀ, ਉਸ ਤੋਂ ਬਾਅਦ ਯੂਪੀ ਦੇ ਵਿੱਚ ਦਿੱਲੀ ਦੇ ਵਿੱਚ ਹੁੰਦੇ ਹੋਏ ਇਹ ਵਾਪਸ ਪੰਜਾਬ ਪਰਤੇ। ਤੁਹਾਨੂੰ ਦੱਸ ਦਈਏ ਕਿ ਪਿੰਡ ਕੱਥੂ ਨੰਗਲ ਤੋਂ ਇਸ ਵੇਲੇ ਅੰਮ੍ਰਿਤਪਾਲ ਦੇ ਪੱਕੇ ਸਾਥੀ ਨਜ਼ਦੀਕੀ ਸਾਥੀ ਪੱਪਲ ਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ ਜੇਕਰ ਅਸੀਂ ਪੱਪਲ ਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ, ਉਸਦੀ ਮਾਤਾ ਦਾ ਇਹ ਕਹਿਣਾ ਹੈ ਕਿ ਪੱਪਲ ਪ੍ਰੀਤ ਨੇ 18 ਮਾਰਚ ਤੋਂ ਬਾਅਦ ਸਾਡੇ ਨਾਲ ਕੋਈ ਸੰਪਰਕ ਨਹੀਂ ਸੀ ਕੀਤਾ। 18 ਮਾਰਚ ਵਾਲੇ ਦਿਨ ਸਾਡੇ ਨਾਲ ਗੱਲਬਾਤ ਜ਼ਰੂਰ ਹੋਈ ਸੀ ਉਸਦੀ, ਪਰ ਜਦੋਂ ਆਪਰੇਸ਼ਨ ਅੰਮ੍ਰਿਤਪਾਲ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਤਲਾਸ਼ੀ ਮੁਹਿੰਮ ਚਲਾ ਰਹੀ ਸੀ, ਉਸ ਤੋਂ ਬਾਅਦ ਸਾਡਾ ਪੱਪਲ ਪ੍ਰੀਤ ਦੇ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ। ਸਾਨੂੰ ਉਸਨੇ ਕੋਈ ਫੋਨ ਨਹੀਂ ਕੀਤਾ, ਨਾ ਹੀ ਅਸੀਂ ਉਸ ਦੇ ਨਾਲ ਕੋਈ ਸੰਪਰਕ ਸਾਧ ਸਕੇ। ਤੁਹਾਨੂੰ ਦੱਸ ਦਈਏ ਅੰਮ੍ਰਿਤਪਾਲ ਦੀ ਮਾਤਾ ਦਾ ਇਹ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਨਾਲ ਪੱਤਰਕਾਰਤਾ ਦੇ ਤੌਰ 'ਤੇ ਕੰਮ ਕਰਦਾ ਸੀ, ਮੀਡੀਆ ਵਿੰਗ ਸੰਭਾਲਦਾ ਸੀ ਅੰਮ੍ਰਿਤਪਾਲ ਦਾ ਪੱਪਲ ਪ੍ਰੀਤ, ਔਰ ਜਦੋਂ ਅੰਮ੍ਰਿਤਪਾਲ ਦੀ ਕਿਸੇ ਚੈਨਲ ਦੇ ਨਾਲ ਇੰਟਰਵਿਊ ਕਰਵਾਉਣੀ ਹੁੰਦੀ ਸੀ ਤਾਂ ਪੱਪਲ ਪ੍ਰੀਤ ਹੀ ਇੰਟਰਵਿਊ ਕਰਵਾਉਂਦਾ ਸੀ ਔਰ ਮੀਡੀਆ ਵਿਭਾਗ ਜਿਹੜਾ ਅੰਮ੍ਰਿਤਪਾਲ ਦਾ ਪੱਪਲ ਪ੍ਰੀਤ ਹੀ ਵੇਖਦਾ ਸੀ। ਉਸਦੀ ਪਤਨੀ ਦੇ ਵੱਲੋਂ ਵੀ ਇਹੋ ਗੱਲਾਂ ਕਹੀਆਂ ਗਈਆਂ ਨੇ ਕਿ ਅੰਮ੍ਰਿਤਪਾਲ ਦੇ ਨਾਲ ਪੱਪਲ ਪ੍ਰੀਤ ਸਿਰਫ ਇੱਕ ਮੀਡੀਆ ਕਰਮੀ ਦੇ ਤੌਰ 'ਤੇ ਕੰਮ ਕਰਦਾ ਸੀ, ਉਹ ਹਥਿਆਰ ਨਹੀਂ ਚਲਾਉਂਦਾ ਸੀ, ਹਥਿਆਰ ਨਹੀਂ ਉਠਾਉਂਦਾ ਸੀ। ਇਹ ਗੱਲਾਂ ਜਿਹੜੀਆਂ ਨੇ ਪੱਪਲ ਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਹੀਆਂ ਗਈਆਂ ਨੇ। ਉੱਥੇ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਪੱਪਲ ਪ੍ਰੀਤ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, NSA ਲਗਾ ਦਿੱਤਾ ਗਿਆ, ਹੋਰ ਧਾਰਾਵਾਂ ਲਗਾ ਕੇ ਉਸਨੂੰ ਡਿਬਰੂਗੜ੍ਹ ਭੇਜਿਆ ਗਿਆ ਔਰ ਉੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅੰਮ੍ਰਿਤਪਾਲ ਬਾਰੇ। ਤੁਹਾਨੂੰ ਦੱਸ ਦਈਏ ਕਿ IG ਸੁਖਚੈਨ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਕਿ ਪੱਪਲ ਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਪੁੱਛਗਿੱਛ ਹੋਵੇਗੀ ਕਿ ਆਖਿਰਕਾਰ ਅੰਮ੍ਰਿਤਪਾਲ ਕਿੱਥੇ ਹੈ ਜਾਂ ਹੋਰ ਕਿਹਨਾਂ ਕਿਹਨਾਂ ਲੋਕਾਂ ਦੇ ਇਹਨਾਂ ਦੇ ਨਾਲ ਸੰਬੰਧ ਨੇ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਦੇ ਲਈ, ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ ਅਤੇ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube, ਫੇਸਬੁੱਕ ਅਤੇ ਇੰਸਟਾ ਪੇਜ। ਲਿਖਤ ਪੜ੍ਹਤ ਕੋਈ ਹੋਈ ਉਦੋਂ ਹੀ ਉੱਥੇ ਹੈਗਾ ਸੀਗਾ। ਮੈਂ ਅਜਨਾਲੇ ਨੀ ਜਾਣਾ, ਅਜਨਾਲੇ ਨੀ ਜਾਣਾ, ਮੈਂ ਅੰਮ੍ਰਿਤਸਰ ਆ। ਬਸ ਇਹੋ ਆ ਕਿ ਬਸ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ, ਕਿਸੇ ਤਰ੍ਹਾਂ ਦਾ ਕੋਈ ਤਸੱਦਦ ਨਾ ਢਾਇਆ ਜਾਵੇ, ਕਿਉਂਕਿ ਤਸੱਦਦ ਵਾਲਾ ਉਹਨਾਂ ਕੋਈ ਕੰਮ ਕੀਤਾ ਨੀ। ਬਸ ਇਹੋ ਪ੍ਰਸ਼ਾਸਨ ਬੇਨਤੀ ਆ, ਲੋਕ ਭਲਾਈ। ਹਾਂਜੀ, ਮੈਂ ਵਾਈਫ ਹਾਂ। ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤੇ ਬਸ ਇਹੀ ਕਹਿਣਾ ਚਾਹੁੰਗੀ, ਉਹ ਬਹੁਤ ਚੰਗੇ ਇਨਸਾਨ ਆ, ਉਹ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਵੇ, ਪੱਤਰਕਾਰੀ ਦੇ ਤੌਰ ਤੇ ਵਿਚਰਦੇ ਹੀ ਤੇ ਪੱਤਰਕਾਰੀ ਤੋਂ ਇਲਾਵਾ ਉਹ ਕੋਈ ਨਹੀਂ ਕੋਈ ਜਿਸ ਤਰ੍ਹਾਂ ਕਰਦੇ, ਜੋ ਅੰਮ੍ਰਿਤਪਾਲ ਦੇ ਨਾਲ ਵੀ ਰਹਿੰਦੇ ਸੀ ਇੱਕ ਪੱਤਰਕਾਰੀ ਦੇ ਤੌਰ ਤੇ ਜਾਂਦੇ ਸੀ ਤੇ ਇੰਟਰਵਿਊ ਕਰਾਉਂਦੇ ਸੀ, ਸਾਰਾ ਕੁਝ ਕਰਦੇ ਸੀ, ਉਹ ਸਿਰਫ ਇੱਕ ਸਾਫ ਸੁਥਰਾ ਹੀ ਉਹਨਾਂ ਦਾ ਅਕਸ ਉਹ ਐਵੇਂ ਖਰਾਬ ਕਰ ਰਹੇ ਆ।
कि ये फंडिंग आ रही सी जां कुछ इस तरह का कोई रोल नहीं उन्होंने ना कभी कोई हथियार की गल की आ ना ही उन्होंने कोई इस तरह की कोई गल की पर भैन जी पिछे भी तुहाडे बारे इस तरह खबर आई सी कि तुसी चढ़ गए ओ दी की सच्चाई है परेशान कर रही सी करके असी आप खुद घरों गए सी जिवें कि जिवें जां सिख संगतां वल्लों आ जां किसे वल्लों वी आ ओह उन्हां नूं लग्गिया कि हो सकदा इह उठा ले गए आ पर इस तरह की कोई गल नहीं सी बाकी जो जिवें रिश्तेदारां कोल जा रहे सी पुलिस वाले वार वार जाते उन्होंने परेशान करते दो दिन मेरे भरा भी रखिया उन्होंने मामा जी उन्होंने लैके जाते रहे परेशान करते अज भी डैडी सवेर के थाने च बैठे उन्होंने गिरफ्तारी हो चुकी उन्होंने कोई पता नहीं उन्होंने थाने च बलिया है। हाँ जी की अपील करना चाहोगे सरकार नूं? मैं तो सरकार नूं यही अपील करना चाहनी हाँ कि जो सही आ वो तुसीं करो नजायज कुछ ना करो ये एन एस ए ला देना जां कुछ एवें जदों कोई गुरु घर कितने जाता गुरु घर दे जाता वा जदों कोई ਉਹਦੇ ਤੇ ਕੇਸ ਨਹੀਂ ਪਾਏ ਜਾਂਦੇ ਰੋਟੀ ਜੇ ਕੋਈ ਖਾਂਦਾ ਨਾ ਗੁਰੂ ਘਰੋਂ ਤੇ ਕੇਸ ਨਹੀਂ ਪਾਏ ਜਾਂਦੇ ਗੁਰੂ ਘਰ ਦੀ ਤੇ ਇਹ ਰੀਤ ਆ ਵੀ ਗੁਰੂ ਘਰ ਰੋਟੀ ਖਾ ਸਕਦਾ ਹੈ ਕੋਈ ਤੇ ਇਹਨਾਂ ਨੇ ਉਹ ਕੇਸ ਕਿਵੇਂ ਪਾਇਆ ਉਹ ਕਹਿੰਦੇ ਜੀ ਕਿ ਥਾਣੇ ਦੇ ਵਿੱਚ ਜਿਹੜੀ ਲੜਾਈ ਝਗੜਾ ਹੈ ਉਸ ਕਰਕੇ ਸੀ ਜਿਹੜਾ ਪਰਚਾ ਉਹ ਜਿਵੇਂ ਬੱਪਲਪ੍ਰੀਤ ਸਿੰਘ ਦਾ ਕਹਿ ਰਹੇ ਨਾ ਕਿ ਉਹ ਥਾਣੇ ਦੇ ਵਿੱਚ ਹੈਗੇ ਸੀ ਉੱਥੇ ਹੈਗੇ ਸੀ ਘਰਾਂ 'ਚ ਉਹ ਉਸ ਟਾਈਮ ਤੇ ਨਹੀਂ ਹੈਗੇ ਸੀ ਉਹ ਸ਼ਾਮ ਦੇ ਰਹਿਰਾਸ ਸਾਹਿਬ ਦਾ ਜਦੋਂ ਟਾਈਮ ਹੋਇਆ ਉਸ ਟਾਈਮ ਤੇ ਉੱਥੇ ਗਏ ਸੀ ਉਹ ਬਕਾਇਦਾ ਮੈਂ ਤੁਹਾਨੂੰ ਮੈਸੇਜ ਉਹ ਵੀ ਉਹਨਾਂ ਨੇ ਉਹ ਵੀ ਉਹਨਾਂ ਦੇ ਅੰਮ੍ਰਿਤਪਾਲ ਹੋਣਾ ਕੇ ਚਾਚਾ ਜੀ ਨੇ ਆਖਿਆ ਸੀ ਕਿ ਤੁਸੀਂ ਆਓ ਤੁਹਾਡੀ ਲੋੜ ਆ ਤੇ ਇਸ ਕਰਕੇ ਉਦੋਂ ਗਏ ਸੀ ਉਸ ਟਾਈਮ ਤੇ ਉੱਥੇ ਨਹੀਂ ਹੈਗੇ ਸੀ ਇਹ ਨਜਾਇਜ਼ ਆ ਜੇ ਇਹਨਾਂ ਨੂੰ ਲੱਗਦਾ ਕਿ ਉਹ ਇੱਥੇ ਹੈਗੇ ਉਹ ਸਬੂਤ ਦੇਣ ਕਿ ਉੱਥੇ ਹੈਗੇ ਆ ਤੁਸੀਂ ਸਬੂਤ ਰੱਖੋਗੇ ਪੁਲਿਸ ਦੇ ਅੱਗੇ ਇਹੀ ਸਾਰੇ ਜਿਹੜੇ ਹੈਗੇ ਆ ਕਿ ਪੱਪਲਪ੍ਰੀਤ ਹੋਰੀ ਹਾਂਜੀ ਮੰਮੀ ਜੀ ਤੇ ਉਹਨਾਂ ਦੇ ਫੋਨ ਤੇ ਵੌਇਸ ਮੈਸੇਜ ਆਏ ਸੀ ਕਿ ਮੈਂ ਅਜਨਾਲੇ ਨਹੀਂ ਜਾਣਾ ਮੈਂ ਉੱਥੇ ਨਹੀਂ ਹੈਗਾ 3:24 ਮਿੰਟ ਤੇ ਮੈਨੂੰ ਮੈਸੇਜ ਆਇਆ ਜਦੋਂ ਕਿ ਇਹ ਘਟਨਾ ਜਿਹੜੀ ਆ ਮੇਰੇ ਹਾਲੇ ਇੱਕ ਕੀ ਕਹਿਣਾ ਚਾਹੋਗੇ ਮਾਤਾ ਜੀ ਤੁਸੀਂ ਕੀ ਅੱਜ ਜੀ ਸਾਨੂੰ ਚੈਨਲ ਤੋਂ ਪਤਾ ਲੱਗਾ ਆਪਣਾ ਸੁਖਚੈਨ ਸਿੰਘ ਡੀ ਜੀ ਪੀ ਜਿਹੜੇ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਹੋ ਚੁੱਕਾ ਆ ਅਤੇ ਕੱਥੂ ਨੰਗਲ ਤੋਂ ਉਹਨਾਂ ਕਿਹਾ ਗ੍ਰਿਫਤਾਰੀ ਹੋਈ ਆ ਉਹਨਾਂ ਦੀ ਖਬਰ ਤੋਂ ਸਾਨੂੰ ਪਤਾ ਲੱਗਾ ਕਿ ਉਹ ਗ੍ਰਿਫਤਾਰ ਹੋ ਗਿਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਤੁਹਾਨੂੰ ਕਦੋਂ ਲਾਸਟ ਕਦੋਂ ਮਿਲੇ ਸੀਗੇ ਘਰ ਕਦੋਂ ਆਏ ਸੀਗੇ ਸਾਨੂੰ ਤਾਂ ਜੀ ਮਹੀਨਾ ਹੀ ਹੋ ਚੱਲਿਆ ਜੇ ਹਿਸਾਬ ਨਾਲ ਘਰ ਆਇਆਂ ਨੂੰ ਜਦੋਂ ਇਹਨਾਂ ਨੇ ਅਜਨਾਲੇ ਵਾਲਾ ਕੇਸ ਪਾ ਤਾ ਨਾ ਕਿ ਜਦੋਂ ਇੱਕ ਮੁੰਡੇ ਨੂੰ ਇੱਕ ਚਪੇੜਾਂ ਮਾਰੀਆਂ ਉਸੇ ਦਿਨ ਤੋਂ ਹੀ ਸਾਡੇ ਪੁਲਿਸ ਆਉਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਉਹ ਇੱਕ ਅੱਧੀ ਦਰੀ ਘਰ 'ਚ ਆਇਆ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਜਿਹੜੀ ਖਬਰ ਲੱਗੀ ਹੈ ਇੱਥੇ ਕੀ ਪਤਾ ਲੱਗਾ ਤੁਹਾਨੂੰ ਬਸ ਇਹ ਪਤਾ ਲੱਗਾ ਉਹਨੂੰ ਗ੍ਰਿਫਤਾਰ ਕਰ ਲਿਆ ਆ ਤੁਹਾਡੀ ਆਖਰੀ ਵਾਰ ਗੱਲਬਾਤ ਕਦੋਂ ਹੋਈ ਸੀ ਉਹਨਾਂ ਨਾਲ ਗੱਲ ਸਾਡੀ ਹੋਈ ਆ 18 ਤਰੀਕ ਮੈਸੇਜ ਹੋਇਆ ਸੀ ਉਹਦਾ ਫੋਨ ਆਇਆ ਸੀ ਅਸੀਂ ਮੈਸੇਜ ਕੀਤਾ ਸੀ ਘਰ ਦੇ ਬਾਰੇ ਕੋਈ ਕੀ ਮਤਲਬ ਘਰ ਦੀ ਜਿਵੇਂ ਕੋਈ ਗੱਲ ਦੱਸੀ ਸੀ ਤੇ ਉਹਨੇ ਉਹ ਕਿ ਮੈਂ ਸੋਚਿਆ ਕਿ ਮੰਡੇ ਤੋਂ ਆਏਗਾ ਤੇ ਉਹਨੇ ਕਿਹਾ ਵੀ ਨਹੀਂ ਮੈਂ ਨਹੀਂ ਆ ਸਕਦਾ ਤੇ ਫਿਰ ਉਸ ਤੋਂ ਬਾਅਦ ਉਹਨੇ ਫੋਨ ਕੀਤਾ ਪਤਾ ਨਹੀਂ ਉਹਨੇ ਕੀ ਕਹਿਣਾ ਸੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਨਾ ਮੈਂ ਫੋਨ ਚੁੱਕ ਸਕੀ ਉਹਦਾ ਤੇ ਮੁੜ ਕੇ ਆ ਹੋ ਗਿਆ ਕਿ ਐਕਸ਼ਨ ਹੋ ਗਿਆ ਅੰਮ੍ਰਿਤਪਾਲ ਤੇ ਐਕਸ਼ਨ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਅੰਮ੍ਰਿਤਪਾਲ ਦਾ ਕਦੀ ਜ਼ਿਕਰ ਕੀਤਾ ਸੀ ਪੱਪਲ ਹੋਣਾ ਨੇ ਤੁਹਾਡੇ ਨਾਲ ਹਾਂਜੀ ਹਾਂਜੀ ਉੱਥੇ ਜਾਂਦਾ ਆ ਆਉਂਦਾ ਸੀ ਹਾਂਜੀ ਕੀ ਜ਼ਿੰਮੇਵਾਰੀ ਕੀ ਮਿਲੀ ਸੀਗੀ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਸੀਗੀ ਕਿਹਾ ਇਹ ਜਾ ਰਿਹਾ ਕਿ ਉਹਨਾਂ ਨੂੰ ਮੀਡੀਆ ਦੀ ਜਿਹੜੇ ਐਡਵਾਈਜ਼ਰ ਲਗਾਇਆ ਗਿਆ ਸੀ ਜੀ ਉਹ ਮੀਡੀਆ ਸਾਰਾ ਸੰਭਾਲਦੇ ਸੀ ਹਾਂਜੀ ਇਹੋ ਬਸ ਇੰਟਰਵਿਊ ਵਗੈਰਾ ਜਿਹੜੇ ਕਰਦੇ ਸੀ ਨਾ ਉਹ ਇਹਦੀ ਸਲਾਹ ਇਹ ਦੱਸਦਾ ਕਿ ਕਿਹਦੇ ਨਾਲ ਇੰਟਰਵਿਊ ਕਰਨੀ ਆ ਤੇ ਕਿਹਦੇ ਨਾਲ ਨਹੀਂ ਕਰਨੀ ਪੜ੍ਹੇ ਲਿਖੇ ਕਿੰਨੇ ਨੇ ਇਹਨੇ ਜੀ ਪਲੱਸ 2 ਤੋਂ ਬਾਅਦ ਕੀਤਾ ਵਾ ਸਿਪਟ ਕਾਲਜ ਤੋਂ ਡਿਪਲੋਮਾ ਕੀਤਾ ਜੀ ਹਾਂਜੀ ਤਾਂ ਹੋਰ ਕੀ ਕੰਮ ਕਰਦੇ ਸੀ ਪੱਪਲਪ੍ਰੀਤ ਇਸ ਤੋਂ ਇਲਾਵਾ ਹੋਰ ਇੱਕ ਪੱਤਰਕਾਰ ਸਿੱਖ ਪੱਤਰਕਾਰ ਸੀ ਹਜੇ ਹਾਂਜੀ ਬਾਕੀ ਪਿੰਡ ਵਿੱਚ ਇੱਕ ਮੈਂਬਰ ਵੀ ਆ ਸਾਡੇ ਪਿੰਡ ਦਾ ਪੰਚਾਇਤ ਮੈਂਬਰ ਵੀ ਆ ਜੀ ਹਾਂਜੀ ਬਾਕੀ ਹੋਰ ਗਰੀਬ ਬੱਚਿਆਂ ਨੂੰ ਪੜਾਉਣਾ ਗਰੀਬਾਂ ਦੀ ਹੈਲਪ ਲਈ ਕਿਸੇ ਦਾ ਘਰ ਬਣਾਉਣਾ ਇਦਾਂ ਦੇ ਕੰਮ ਫ੍ਰੀ ਜਿਵੇਂ ਇਲਾਜ ਜਿਹੜਾ ਹੈਗਾ ਆਪਣਾ ਸੰਸਥਾ ਵੀ ਬਣਾਈ ਸੀ ਅਕਾਲ ਸਮਾਜ ਸੇਵੀ ਸੰਸਥਾ ਵੀ ਬਣਾਈ ਸੀਗੀ ਕੋਈ ਜਿੱਦਾਂ ਇੱਕ ਹੈਗਾ ਜਿਵੇਂ ਸੰਗੀਤ ਅਕੈਡਮੀ ਆ ਨਾ ਜੀ ਜੀ ਹਾਂਜੀ ਉਹ ਸਾਡੇ ਪਿੰਡ 'ਚ ਚੱਲ ਰਹੀ ਆ ਜਿੱਥੇ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਾਜ਼ ਦੀ ਸਿਖਲਾਈ ਦਿੱਤੀ ਜਾਂਦੀ ਆ ਤੰਤੀ ਸਾਜ਼ ਹਾਂਜੀ ਤੇ ਹੁਣ ਗ੍ਰਿਫਤਾਰੀ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਸਰਕਾਰ ਕੋ ਅਪੀਲ ਕਰਨਾ ਚਾਹੁੰਦੇ ਹੋ ਵੇਖੋ ਜੀ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਕਿ ਸਾਨੂੰ ਪਤਾ ਕਿ ਸਾਡੇ ਬੱਚੇ 'ਚ ਕੋਈ ਕਸੂਰ ਨਹੀਂਗਾ ਕੋਈ ਉਹ ਗਲਤ ਨਹੀਂਗਾ ਨਾ ਉਹਨਾਂ ਨੇ ਕੋਈ ਹਥਿਆਰ ਚੁੱਕਿਆ ਨਾ ਉਹਨਾਂ ਨੇ ਕੋਈ ਗਲਤ ਕੀਤਾ ਆ ਸਾਡੀ ਨਜ਼ਰ 'ਚ ਨਾ ਉਹਨੇ ਕੀਤਾ ਗਲਤ ਤੇ ਅੰਮ੍ਰਿਤਪਾਲ ਵੀ ਮੈਂ ਕਹੂੰ ਕੁਛ ਗਲਤ ਨਹੀਂ ਕੀਤਾ ਅੰਮ੍ਰਿਤ ਛਕਾ ਰਿਹਾ ਸੀ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਰਿਹਾ ਸੀ ਤੇ ਅਸੀਂ ਹੁਣ ਇਹੋ ਕਹਾਂਗੇ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੱਚੇ ਦੇ ਉੱਤੇ ਕੋਈ ਤਸ਼ੱਦਦ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਅਗਰ ਹੁੰਦਾ ਆ ਤੇ ਸਰਕਾਰ ਖੁਦ ਜ਼ਿੰਮੇਵਾਰ ਹੋਗੀ ਕੀ ਪਰਿਵਾਰ ਨਾਲ ਹੈ ਬਿਲਕੁਲ ਜੀ ਅਸੀਂ ਪੂਰਾ ਪੂਰਾ ਪਰਿਵਾਰ ਅਸੀਂ ਨਾਲ ਆ ਉਹਦੇ
क्योंकि एक लायक बच्चा मेरा हो। हाँ जी, ते दूसरा एक क्या कि कथू नंगल तो गिरफ्तार किया गया सी। हाँ जी, ये तो हुण इन्हां दे कहन ते ही है जी, कथू नंगल ते बिल्कुल साडे लागे आ। कोई रिश्तेदारी हैगी? नहीं जी, नहीं कोई साडी कथू नंगल रिश्तेदारी नहीं जी। हाँ जी, कोई साडी रिश्तेदारी नहीं। मर्जी कही जान जी, अमृत छक ने फोर्स बनाई जा रहे, कोई अमृत छक लेंदा जी अमृत वाले की फोर्स बन गई। पर इदा कहा जा रहा है कि जदों फरारी हुंदी जदों भजदे आ ते उस तों बाद सारा जरा एरिया जरा सी अमृतपाल होना दे नाल पप्पलप्रीत नहीं अपना सारा यूज। देखो जी, जदों बंदा कोई पुलिस पिछे पैंदी दौड़दा है ना, उन्होंने जिधर नूं राह मिले जिथे कोई रिश्तेदार मिले वह तो फिर उधर ही जाऊगा, कोई थोड़ी बहुत सांझ वाला उत्थे रात कट्टूगा कुछ भी है ना। पर इन्होंने यह भी कि गलत किया कि कुवारियां लड़कियां वा जी उन्हें भैणा के तौर पर उन्होंने को 10 मिनट रह भी बह भी गए आ, इन्होंने उन्होंने केस करके उन्होंने कुवारियां कुड़ियां जेल च सुटिया। कि साडा कोई इंसाफ आ कि उन्होंने बच्चिया का कल नूं रिश्ते नहीं होने? बेशक कौम का काम आ पर फिर भी बहुत गलत है काम किया इन्होंने। परिवार दे विच होर कौन कौन है? पप्पल होरा दी बच्ची किन्ने ने? हाँ जी, ओदा इको बेटा जी, ते ए आप कल्ला जी, ते एक सिस्टर है वो आस्ट्रेलिया च है, ते असी मां बाप ते ए वाइफ। हाँ जी, हाँ जी। होर मैं एक होर कहना चाहनी हां कि जिद्दां कुछ सरकार नु करना चाहुंदे हो, कुछ लोकां नु अपील करना चाहुंदे हो, क्योंकि एक एनआरआई नु लेके भी एक फंडिंग नु लेके बड़ा रौला लगा है। बाहरों जिहड़ी फंडिंग है वो अमृतपाल नु हुंदी सीगी, पप्पल होणा नु हुंदी सीगी, कुछ अजिहा फंडिंग दे बारे की कहना चाहुंदे हो? वेखो जी, कोई फंडिंग नहीं है, तो इन्हां दी गल्लां ने जिन्नियां मर्जी बनाई जाण। हाँ जी, तो मैं अपने वालों यह कहना चाहनी कि हुण जिवें साडे ते आ कोई काम बणिया आ ते लोक बाहर वाले, मैं अपील करूँगी कि साडे नाँ ते किते एवें ना कोई होर सानू किसे चीज़ की लोड़ नहीं गई, सानू सिर्फ लोगों की इस वेले अरदासां की जरूरत आ, तो साडे बच्चे लई अरदास करो, सानू कुछ नहीं चाहिए, तो बस यही कि कोई होर ना साडे नाँ ते